ਤੁਹਾਨੂੰ ਦਿਖਾਉਣਾ ਵੀ ਕਰੋਨਾ ਦੀਆਂ ਗੱਡੀਆਂ ਯਾਰ, ਜਿਵੇਂ BMW ਆ ਫਲਾਨੀ ਧਿਮਕੀ ਹਨਾ, ਤੇ ਦੇਖ ਲਓ ਵੀ ਇਹਨਾਂ ਕੋਲ ਥਾਂ ਨੀ ਖੜਾਉਣ ਨੂੰ। ਅੱਜ ਤੁਹਾਨੂੰ ਅੰਬੈਸੀਆਂ ਦਿਖਾਉਣੇ ਅੱਡ ਅੱਡ ਦੇਸ਼ਾਂ ਦੀਆਂ। ਹੁਣ ਇੱਥੇ ਹੁਣ ਆਪਾਂ ਬੀਜਿਆਂ ਵਾਲੇ ਪਾਸੇ ਆ ਗਏ ਤੇ ਆਪਾਂ ਚੱਲੀ ਜਾਂਦੇ ਹਾਂ। ਆ ਜਿਹੜੀਆਂ ਨੀਲੀਆਂ ਜਿਹੀਆਂ ਪਲੇਟਾਂ ਹੁੰਦੀਆਂ ਇਹ ਰਾਜਦੂਤਾਂ ਦੀਆਂ ਹੁੰਦੀਆਂ ਬਾਈ, ਚਿੱਟੀਆਂ ਜਿਹੀਆਂ ਬੰਦਿਆਂ ਦੀਆਂ, ਪੀਲੀਆਂ ਮੈਨੂੰ ਲੱਗਦਾ ਟੈਕਸੀ ਵਾਲਿਆਂ ਦੀਆਂ, ਤੇ ਉਹ ਦੁੱਗਾਂ ਅਲੱਗ ਅਲੱਗ ਆ। ਚੱਲ ਪੈ ਲਓ ਹੁਣ ਇੱਧਰ ਹੈਗਾ, ਆਹ ਹੈਗਾ ਗਰੀਬ ਜਿਹੇ ਦੇਸ਼ ਅੰਬੈਸੀ ਓ ਪੀਰੂ ਹਨਾ, ਜਿਵੇਂ ਹੈਗਾ ਇੱਧਰ ਦੀ ਆਏ ਸੀ ਆਪਾਂ। ਆਹ ਦੇਖ ਲਾ ਜਿਹੜਾ ਆਉਂਦਾ ਆਉਡੀ ਤੇ ਆਉਂਦਾ, ਮੈਂ ਕਿਹਾ ਵੀ ਛੋਟੀ ਤੇ ਆ ਜੇ। ਲਓ ਬਈ ਇੱਥੋਂ ਸ਼ੁਰੂ ਕਰਦੇ ਹਾਂ। ਆਹ ਦੇਖ ਲਓ ਆਹ ਖੜੀ BMW, ਮੈਨੂੰ ਲੱਗਦਾ ਇਹਨਾਂ ਦੇ ਨਾ ਆਹ ਤਾਂ ਕੋਈ ਭਾਂਡੇ ਭੁੰਡੇ ਮਾਂਜਣ ਆਇਆ ਹੋਣਾ ਨੋਵਾ ਦਿੱਤਾ। ਆਹ ਖੜੀ ਜਿਹੜੀ BMW, ਉਹ ਯਾਰ ਇਹ ਗ੍ਰੀਨ ਦਾ ਮਤਲਬ ਕੀ ਹੈ? BMW ਵੀ ਉਹਦੇ ਕੱਢੀ ਹੈ ਇਲੈਕਟ੍ਰਿਸਿਟੀ ਦੇ, ਕਾਹ ਵੀ ਹੈ। ਦੇਖ ਲੈ ਕਿੰਨੀ ਦੂਰ ਹੈ, ਬੱਲੇ ਬੱਲੇ ਬੱਲੇ। ਆਹ ਆਹ ਖੜੀ ਮਿੰਨੀ ਕੂਪਰ, ਲੈ ਤੈਨੂੰ ਮਿੰਨੀ ਕੂਪਰ ਲੈ ਦੂੰਗਾ ਤੇ ਵਿੱਚ ਬੈਠ ਕੇ ਤੂੰ ਮਾਰੀ ਗੇੜੀਆਂ ਐਵੇਂ ਵਿਰਕ ਵਾਲੇ ਗਾਣਿਆਂ ਲਈ। ਲਾ ਹੈ ਤਾਂ ਆਪਣੇ ਵਾਲੀ ਵੈਗਨਰ ਤੋਂ ਵੀ ਛੋਟੀ ਯਾਰ ਇਹ। ਕੋਈ ਛੋਟੀ ਛੋਟੀ ਗੱਡੀ ਹੈ ਨੀ ਕਿਸੇ ਕੋਲੇ, ਸਭ ਤੋਂ ਵੱਡੀ ਕਾਰ ਆ ਗਈ ਨੈਣੋ ਮੇਰੀ ਜਾਨ। ਇੱਧਰ ਤਰਾ ਯਾਰ ਆਹ ਤੜਕੇ ਤੜਕੇ ਆ ਤਾਂ ਉਹੀ ਆ ਯਾਰ ਹਜੇ ਹਨਾ, ਆਪਾਂ ਹੋਰ ਦਿਖਾਉਣੇ ਆ, ਖੜ ਜਾ ਤੁਹਾਨੂੰ ਇਹ ਅਸਲ ਚ ਬੜਾ ਮਹਿੰਗਾ ਏਰੀਆ ਬਾਈ। ਚੱਲ ਹੈਗਾ ਉਹਨੇ ਇੱਧਰ ਦਾ ਯਾਰ ਗਰੀਬ ਹੀ ਆ ਕੇ ਮੈਨੂੰ ਲੱਗਦਾ। ਆਹ ਤਾਂ ਹੰਡੋ ਹੁੰਦਾ ਸੀ ਹੁਣ ਸਾਰੇ ਕੰਮ ਕਾਰ ਕਰਨ ਆਏ ਹੋਣੇ ਜਿਹੜੀ ਕਹਿੰਦੇ ਹੋਣਗੇ ਇੱਕ ਸਾਈਡ ਤੇ ਲਾ ਜੀ। ਅਗਲੇ ਨੇ ਆਪਣਾ ਲਾਈਵ ਦੇਖਦਾ ਤੇ ਛਿੱਤਰ ਪੈਣ ਲੱਗ ਗਿਆ ਅਗਲਾ, ਕੋਈ ਸਾਰਾ ਮਾਲਕ ਸੀ ਤੁਸੀਂ ਸਾਨੂੰ ਕੰਮ ਵਾਲੇ ਬਣਾ ਕੇ ਕੰਮ ਵਾਲੇ ਕਰਤਾ ਨਾ। ਨਹੀਂ ਨਹੀਂ ਬਈ ਕਿਤੇ ਨਾ ਕਿਤਾ ਕਰਦੀ ਹੋਣਗੇ ਉਹ ਕੰਮ। ਹਾਂ ਆ ਗਈ ਐਮ ਜੀ ਹੈ ਥਾਂ ਹੀ ਹੈ ਨਹੀਂ ਯਾਰ ਐਮ ਜੀ ਹੈਕਟਰ ਹੈ ਐਮ ਜੀ ਹੈਕਟਰ। ਹਾਂ ਆ ਕਿਹੜੀ ਆ ਗਈ ਗ੍ਰੈਂਡ ਵਿਟਰਾ, ਆ ਕਿਹੜੀ ਆ ਗਈ ਓਏ, ਆ ਜਾਣੀ 7 ਲੱਖ ਵਾਲੀ, 7 ਲੱਖ ਲਾਤਾ ਦਿਨਾਂ ਦੀ ਵਿਛਰੀ ਤੇ, ਤੇ ਸਾਲ ਨੂੰ ਇਹ ਵੱਡਾ ਹੋ ਕੇ ਕਹਿੰਦੇ 14 ਲੱਖ ਤੇ ਕਿਹਦਾ ਸਾਲ ਨੂੰ ਤਾਂ ਘਟ ਜਾਊ ਰੇਟ। ਲਓ ਬਈ ਆਪਾਂ ਹੁਣ ਚੱਲੇ ਤਾਈ ਪਾਣ ਦੀ ਵੈਸੀ ਚ ਤਿਆਰ ਤੂਰ ਹੋ ਗਏ ਤੇ ਤਿਆਰ ਹੋਣ ਵਾਲੀ ਵੀਡੀਓ ਤੁਹਾਨੂੰ ਦਿਖਾਉਂਗਾ ਵੀ ਹੁਣ ਠੀਕ ਲੱਗਦੇ ਨਾਤੇ ਤਾਂ ਲੱਗਦੇ ਆ, ਰਾਤ ਵਾਲਾ ਰੇਤਾ ਹਜੇ ਤਾਂ ਕੰਨਾਂ ਚੋਂ ਨਿਕਲਿਆ ਨਹੀਂ, ਪਰ ਫਿਰ ਵੀ ਤੁਹਾਨੂੰ ਅੱਜ ਦਿਖਾਉਣੇ ਵੀ ਕਿੱਥੇ ਕੀ ਹੈ। ਇਹ ਹੈਗਾ ਬਸੰਤ ਵਿਹਾਰ ਬਈ, ਤੇ ਇਹ ਬਹੁਤ ਮਹਿੰਗਾ ਏਰੀਆ ਅਸਲ ਚ, ਠੀਕ ਆ ਤੇ ਸ਼ਾਂਤ ਹੈ। ਆਹ ਦੇਖ ਜਹਾਜ਼ ਇਹਨਾਂ ਦੇ ਸਿਰਾਂ ਉੱਤੋਂ ਹੀ ਲੰਘਦੇ, ਕਿੱਧਰ ਗਿਆ ਆਹ ਵੇ ਓਏ 15 ਸਕਿੰਟ ਦਾ ਗੈਪ ਨਹੀਂ ਪਾਉਂਦੇ ਮਿੰਟ ਬਾਅਦ ਯਾਰ, ਜਹਾਜ਼ ਮੈਨੂੰ ਤਾਂ ਬੱਸਾਂ ਤੋਂ ਵੀ ਜ਼ਿਆਦਾ ਜਿਹੜੇ ਸਾਰਾ ਇੱਧਰ ਹੀ ਹੈ, ਸਾਰੇ ਇੱਧਰ ਹੀ ਉੱਡੀ ਜਾਂਦੇ ਆ, ਪਰ ਇਹ ਪੂਰੀ ਨੂੰ ਬਾਗ ਜਾਣਾ 15 ਸਕਿੰਟ 20 ਸਕਿੰਟਾਂ ਬਾਅਦ। ਇਹਨਾਂ ਦਾ ਗਾਣੇ ਬੈਂਟਰੀਆਂ ਖੋਲਦੇ ਭਰਾਵਾ, ਇਹ ਆਪਣਾ ਉਹਨੇ ਖੁੱਲ ਜਾਂਦਾ, ਉਹ ਆਪਣਾ ਸ਼ੀਸ਼ੇ ਮਾਰਿਆ ਤੇ ਝਟਕਾ ਦੇ ਖੁੱਲ ਗਏ। ਇਹਨਾਂ ਕੋਲੇ ਭਰਾਵਾ ਬਹੁਤ ਆ ਮਰੂਤੀ, ਹੁਣ ਮਰੂਤੀਆਂ ਤਾਂ ਹੈ ਨੀ ਇਹਨਾਂ ਕੋਲੇ ਯਾਰ, ਮਤਲਬ ਕਾਰ ਹੀ ਛੋਟੀ ਹੈ ਨੀ। ਤੂੰ ਦੇਖ ਲਾ BMW, ਆਉਡੀ, ਮਿੰਨੀ ਕੂਪਰ, ਫਲਾਨੀ ਧਮਕਾ। ਮੈਂ ਤਾਂ ਸੋਚਦਾ ਬੰਦੇ ਉੱਠੇ ਨੀ ਹੋਣੇ ਹਜੇ, ਇਹਨਾਂ ਕੋਲੇ ਇੰਨਾ ਪੈਸਾ ਇਹ ਕਿੱਥੋਂ ਹੋਣੇ ਯਾਰ, ਨਾ ਮਰੂਤੀ ਆਪਾਂ ਇੱਧਰ ਹੀ ਆ, ਇੱਧਰ ਜਾਣਾ ਆਪਣਾ ਇੱਧਰ ਕਰ। ਉਹ ਮੇਰੀ ਗੱਲ ਸੁਣ, ਉੱਥੇ ਬਾਹਲਾ ਹੁੰਦਾ ਲਾਈਵ ਕਰਕੇ, ਆਪਾਂ ਉਹਨਾਂ ਤੋਂ ਵੀਜ਼ਾ ਲੈਣਾ ਹੈ ਅਗਲਾ ਕਦੇ ਬਾਈ, ਅਸੀਂ ਲੈਣਾ ਉਹਨਾਂ ਤੋਂ ਵੀਜ਼ਾ ਗਾਹ ਵਾਲਿਆਂ ਤੋਂ, ਠੀਕ ਆ ਅੰਬੈਸੀ ਵਾਲਿਆਂ ਤੋਂ, ਤੇ ਤਾਂ ਕਰਕੇ ਮੈਂ ਉਹਨਾਂ ਦਾ ਬਾਹਲਾ ਲਾਈਵ ਨਹੀਂ ਕਰਦਾ। ਅਗਲੇ ਨੇ ਕਹਿਣਾ ਤਾਂ ਪਹਿਲਾਂ ਹੀ ਕਲਸ਼ਣਾ ਹੈ ਨਾ, ਤੇ ਮੁੜ ਕੇ ਅਗਲਾ ਚੜ੍ਹਨਾ ਦੇਵੇ ਊਂ। ਵੈਸੇ ਇੱਕ ਗੱਲ ਆ ਵੀ ਵੈਗਨਰ ਦੀ ਥਾਂ ਥਾਂ ਚੜ੍ਹਾਈ ਹੈ, ਆਹ ਦੇਖ ਲਓ ਉਹ ਭਰਾਵਾ ਲੈਕਸਸ
ਥੱਲੇ ਇਹੋ ਜਿਹੇ ਗੱਡੀ ਥੱਲੇ ਆਉਣ ਦਾ ਫਾਇਦਾ ਹੈਗਾ ਆਪਣਾ ਬੀਮਾ ਬੂਮਾ ਹੈ ਆ ਕਿਹੜੀ ਆ ਉੱਡੀ ਚੱਲੀ ਆ ਦੇਖੋ ਯਾਰ ਉਹ ਖੜ ਜਾ ਪਾਰਸ਼ ਆ ਆ ਗਈ ਪਾਰਸ਼ ਹੈ ਮੈਨੂੰ ਲੱਗਦਾ ਇੱਧਰ ਹੀ ਰਹਿਣਾ ਪੈਣਾ ਦਾ ਆ ਗਈ ਵੈਗਨਰ ਮਕਾਵਲਾ ਅਸੀਂ ਥਾਂ ਥਾਂ ਹੀ ਦੇਵਾਂਗੇ ਠੀਕ ਹੈ ਚਲੋ ਬਾਈ ਸਾਡਾ ਆ ਗਿਆ ਘਰ ਫਿਰ ਲਾਈਵ ਹੋਣਾ ਚੰਗਾ ਤੁਸੀਂ ਕਰਦੇ ਰਹੋ ਸ਼ੇਅਰ ਤੁਹਾਡਾ ਸਾਰਿਆਂ ਦਾ ਨਾਲ ਆਪਾਂ ਗੱਲ ਕਰੀਏ।